ਸਾਡੇ ਨਾਲ ਨੇ ਡਾਕਟਰ ਮਿਸਿਸ ਮੰਗਲਾ ਡੋਗਰਾ ਜਿਨ੍ਹਾਂ ਦਾ ਅਸੀਂ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਆਮ ਤੌਰ ਤੇ ਦੇਖਿਆ ਗਿਆ ਵੀ ਯੰਗ ਗਰਲਸ ਦੇ ਵਿੱਚ ਐਕਸੈਸਿਵ ਬਲੀਡਿੰਗ ਬਹੁਤ ਹੁੰਦੀ ਹੈ, ਸਾਨੂੰ ਦੱਸੋ ਵੀ ਇਹਦੇ ਕੀ ਕਾਰਨ ਨੇ? ਅੱਜ ਕੱਲ੍ਹ ਇਹ ਦੇਖਿਆ ਗਿਆ ਹੈ ਕਿ ਵਿਦ ਏਜ ਜਿਹੜਾ ਗਰਲਸ ਵਿੱਚ ਪੀਰੀਅਡ ਸ਼ੁਰੂ ਹੋਣ ਦੀ ਏਜ ਹੈ ਉਹ ਘੱਟ ਗਈ ਹੈ। ਜਿਵੇਂ ਪਹਿਲੇ 11-12 ਸਾਲ ਹੁੰਦੀ ਸੀ, ਹੁਣ 9 ਸਾਲ ਦੇ ਬੱਚੇ ਨੂੰ ਵੀ ਪੀਰੀਅਡਸ ਆ ਜਾਂਦੇ। ਅਤੇ 100 ਵਿੱਚੋਂ 15-20 ਲੜਕੀਆਂ ਐਸੇ ਹੋਣਗੀਆਂ ਜਿਨ੍ਹਾਂ ਨੂੰ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ। ਬਹੁਤ ਜ਼ਿਆਦਾ ਦਾ ਮਤਲਬ ਹੈ ਵਾਰ ਵਾਰ ਹੋਏਗੀ, ਔਰ ਮਹੀਨੇ 'ਚ 2 ਵਾਰ ਵੀ ਹੋ ਜਾਏਗੀ, ਜਾਂ ਆਏ 2-3 ਮਹੀਨਿਆਂ ਬਾਅਦ ਆਏਗੀ ਤਾਂ ਆਉਣ ਦੇ ਵੇਲੇ ਬੰਦ ਨਹੀਂ ਹੋਏਗੀ, 3-3 ਮਹੀਨੇ ਚੱਲਦੀ ਰਹਿੰਦੀ ਹੈ। ਇਹ ਇਸ ਤਰ੍ਹਾਂ ਹੁੰਦਾ ਹੈ ਕਿ ਇਸ ਟਾਈਮ 'ਤੇ ਤੁਹਾਡਾ ਦਿਮਾਗ ਦੇ ਵਿੱਚ ਹਾਰਮੋਨਲ ਇੰਬੈਲੈਂਸ ਜਿਹੜਾ ਹੁੰਦਾ ਉਹਦਾ ਸੈਟਿੰਗ ਹੋ ਰਹੀ ਹੁੰਦੀ ਹੈ। ਜਿਵੇਂ ਤੁਸੀਂ ਦੇਖਿਆ ਵੀ ਜਦੋਂ ਲੇਟ ਏਜ ਹੁੰਦੀ ਹੈ, ਜਦੋਂ ਮੀਨੋਪੌਜ਼ ਹੋਣਾ ਹੁੰਦਾ, ਪੀਰੀਅਡਸ ਬੰਦ ਹੁੰਦੇ ਹੋਣੇ ਹੁੰਦੇ, ਉਸ ਟਾਈਮ ਵੀ ਲੋਕਾਂ ਲੇਡੀਜ਼ ਨੂੰ ਬਲੀਡਿੰਗ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਸ਼ੁਰੂ ਹੁੰਦੇ ਨੇ ਪੀਰੀਅਡਸ, ਉਸ ਏਜ ਦੇ ਵਿੱਚ ਵੀ ਕਈ ਪੇਸ਼ੈਂਟਸ ਨੂੰ ਐਕਸੈਸਿਵ, ਲੜਕੀਆਂ ਨੂੰ ਐਕਸੈਸਿਵ ਬਲੀਡਿੰਗ ਹੁੰਦੀ ਹੈ। ਔਰ ਪ੍ਰੋਬਲਮ ਸਭ ਤੋਂ ਜ਼ਿਆਦਾ ਇਹ ਹੁੰਦੀ ਹੈ ਜਦੋਂ ਪੇਰੈਂਟਸ, ਜਸਟ ਬਿਕੋਜ਼ ਉਹ ਅਨਮੈਰਿਡ ਲੜਕੀਆਂ ਹੈ, ਛੋਟੀਆਂ ਨੇ, ਉਹਨਾਂ ਨੂੰ ਟਾਈਮ ਸਿਰ ਕਲੀਨਿਕ 'ਚ ਨਹੀਂ ਲੈ ਕੇ ਆਉਂਦੇ ਜੀ। ਉਹਨਾਂ ਨੂੰ ਥੋੜ੍ਹੀ ਝਿਜਕ ਹੁੰਦੀ ਹੈ ਕਿ ਛੋਟੀ ਕੁਆਰੀ ਕੁੜੀ ਨੂੰ ਕਿਉਂ ਲੈ ਕੇ ਜਾਈਏ ਅਸੀਂ ਡਾਕਟਰ ਕੋਲ, ਔਰ ਬਾਏ ਦੋ ਟਾਈਮ ਉਹ ਸਾਡੇ ਕੋਲ ਆਉਂਦੀ ਹੈ, ਉਹਨਾਂ ਦਾ ਵਿਚਾਰੀਆਂ ਦਾ ਹੀਮੋਗਲੋਬਿਨ 5-6-3-3 ਮਹੀਨਿਆਂ ਦੀ ਉਹਨਾਂ ਦੀ ਬਲੀਡਿੰਗ ਹੁੰਦੀ ਹੋ ਰਹੀ ਹੁੰਦੀ ਹੈ। ਉਹ ਐਗਜ਼ਾਮਸ 'ਚ ਨਹੀਂ ਬੈਠ ਸਕਦੀਆਂ, ਸਕੂਲ ਦੇ ਸਪੋਰਟਸ ਵਿੱਚ ਨਹੀਂ ਪਾਰਟੀਸਪੇਟ ਕਰ ਸਕਦੀਆਂ। ਬਸ ਛੋਟੇ ਬੱਚੇ ਨੂੰ ਜਿਹਨੂੰ 9 ਸਾਲ ਦੀ ਉਮਰ 'ਚ ਹੀ ਪੀਰੀਅਡ ਸ਼ੁਰੂ ਹੋ ਗਏ, ਸਮਝ ਨਹੀਂ ਹੈ, ਇੱਕ ਡਰ ਜਿਹਾ ਬਹਿ ਜਾਂਦਾ ਪੀਰੀਅਡ। ਐਗਜ਼ੈਕਟਲੀ ਜੀ। ਡਾਕਟਰ, ਸਾਨੂੰ ਇਹ ਦੱਸੋ ਵੀ ਅੱਜ ਕੱਲ੍ਹ ਇੰਨੀਆਂ ਯੰਗ ਗਰਲਸ ਨੂੰ, ਤੁਸੀਂ ਸਾਨੂੰ ਦੱਸੇ 9-10 ਸਾਲ ਦੀਆਂ ਬੱਚਿਆਂ ਨੂੰ ਪੀਰੀਅਡਸ ਹੋਣ ਲੱਗ ਪਏ ਨੇ, ਇਹਦੇ ਕੀ ਰੀਜ਼ਨਸ ਨੇ? ਸੀ ਬੇਸਿਕਲੀ ਲਾਈਫ ਸਟਾਈਲ ਸਭ ਦਾ ਇੰਪਰੂਵ ਹੋ ਗਿਆ, ਕੁਆਲਿਟੀ ਆਫ ਈਟਿੰਗ, ਫੂਡ ਹੈਬਿਟਸ ਬੈਟਰ ਹੋ ਗਈਆਂ। ਤੁਸੀਂ ਹੁਣ, ਤੁਸੀਂ ਵੈਸੇ ਵੀ ਅਗਰ ਦੇਖੋ ਤਾਂ ਅੱਜ ਕੱਲ੍ਹ ਦੀਆਂ ਲੜਕੀਆਂ ਥੋੜ੍ਹੀਆਂ ਜ਼ਿਆਦਾ ਤਕੜੀਆਂ ਨੇ ਜੀ। ਅਗਰ ਤੁਸੀਂ ਪੁਰਾਣੇ ਪਿੰਡਾਂ 'ਚ ਹਲੇ ਵੀ ਦੇਖੋ ਤਾਂ ਪਤਲੀਆਂ ਲੜਕੀਆਂ, ਸ਼ਹਿਰਾਂ 'ਚ ਤੁਹਾਨੂੰ ਤਕੜੀਆਂ ਲੜਕੀਆਂ ਮਿਲਣਗੀਆਂ। ਡਾਇਟਰੀ ਥਿੰਗਸ ਆਰ ਮੋਰ, ਫਿਰ ਪਲੱਸ ਸਪੋਰਟਸ ਵਗੈਰਾ 'ਚ ਵੀ ਐਕਟੀਵੇਟ ਕਰਦੀਆਂ ਨੇ। ਸੋ ਅੱਜ ਕੱਲ੍ਹ ਇਹ ਏਜ ਆਫ ਅਰਲੀ ਮੀਨਾਰਕੀ ਹੋ ਗਈ ਹੈ, ਪੀਰੀਅਡਸ ਦੀ ਏਜ ਜਲਦੀ ਹੋ ਗਈ। ਇਸੇ ਤਰ੍ਹਾਂ ਮੀਨੋਪੌਜ਼ ਦੀ ਏਜ ਵੀ ਵੱਧ ਗਈ, ਜਿਵੇਂ ਪੀਰੀਅਡਸ ਦੀ ਏਜ ਲੜਕੀਆਂ 'ਚ ਜਲਦੀ ਆ ਗਈ, ਔਰ ਜਦੋਂ ਮੀਨੋਪੌਜ਼ ਹੁੰਦਾ ਤਾਂ ਵੀ ਉਹ ਲੇਟ ਹੋ ਗਏ ਹੁਣ। ਡਾਕਟਰ ਸਾਹਿਬ, ਜੇ ਬੱਚਿਆਂ ਨੂੰ ਐਕਸੈਸਿਵ ਬਲੀਡਿੰਗ ਹੋ ਰਹੀ ਹੈ ਤਾਂ ਇਹ ਤੋਂ ਮਤਲਬ ਕਿਵੇਂ ਬਚਿਆ ਜਾ ਸਕਦਾ ਹੈ, ਕੀ ਪ੍ਰੀਕਾਸ਼ਨਸ ਲੈਣੇ ਚਾਹੀਦੇ ਨੇ? ਬੇਸਿਕਲੀ ਇਹ ਹੈ ਵੀ ਇੱਕ ਤਾਂ ਛੋਟੇ ਬੱਚੇ ਦੀ ਕਾਉਂਸਲਿੰਗ ਬਹੁਤ ਜ਼ਰੂਰੀ ਹੁੰਦੀ ਹੈ, ਉਹਨੂੰ ਸਮਝਾਉਣਾ ਪੈਂਦਾ ਵੀ ਦਿਸ ਇਜ਼ ਸਮ ਟਾਈਮਸ ਨੋਰਮਲ, ਲੇਕਿਨ ਉਹਨੂੰ ਇਹ ਵੀ ਸਮਝਾਉਣਾ ਪੈਂਦਾ ਵੀ ਇਸ ਤੋਂ ਬਿਯੋਂਡ ਅਗਰ ਬਲੀਡਿੰਗ ਹੋਵੇ ਤਾਂ ਆਪਣੀ ਮਦਰ ਨੂੰ ਇਨਫੋਰਮ ਕਰਕੇ ਸ਼ੀ ਮਸਟ ਕਮ ਟੂ ਏ ਡਾਕਟਰ। ਫਿਰ ਉਹਨਾਂ ਨੂੰ ਮੋਸਟਲੀ, ਤੁਹਾਨੂੰ ਮੈਂ ਦੱਸਿਆ ਵੀ ਜਿਵੇਂ ਨੀਮਿਕ ਹੋ ਗਏ ਹੁੰਦੇ ਆ, ਅਸੀਂ ਉਹਨਾਂ ਨੂੰ ਆਇਰਨ ਸਪਲੀਮੈਂਟਸ 'ਤੇ ਪਾਉਂਦੇ ਹਾਂ, ਕਦੀ ਕਦਾ ਫਿਰ ਅਸੀਂ ਉਹਨਾਂ ਦਾ ਅਲਟਰਾਸਾਊਂਡ ਕਰਕੇ ਦੇਖਦੇ ਹਾਂ, ਕਿਉਂਕਿ ਅਨਮੈਰਿਡ ਗਰਲ ਹੈ, ਤੁਸੀਂ ਨੋਰਮਲ ਗਾਇਨੀ ਚੈੱਕਅਪ ਤਾਂ ਕਰ ਨਹੀਂ ਸਕਦੇ। ਸੋ ਤੁਸੀਂ ਅਲਟਰਾਸਾਊਂਡ ਤੋਂ ਹੀ ਦੇਖਦੇ ਹੋ ਵੀ ਅੰਦਰ ਕੋਈ ਐਵੇਂ ਟਿਊਮਰ ਵਗੈਰਾ ਜਾਂ ਕੋਈ ਖਤਰੇ ਵਾਲੀ ਪ੍ਰੋਬਲਮ ਤਾਂ ਨਹੀਂ ਹੈ। ਬਾਏ ਐਂਡ ਲਾਰਜ ਤਾਂ ਇਹ ਹਾਰਮੋਨਲ ਇੰਬੈਲੈਂਸ ਹੀ ਹੁੰਦਾ। ਸੋ ਕਈ ਵਾਰ ਉਹਨਾਂ ਨੂੰ ਇੰਨੀ ਛੋਟੀ ਉਮਰ ਵਿੱਚ ਵੀ ਜਦੋਂ ਬਲੀਡਿੰਗ ਨਹੀਂ ਬੰਦ ਹੋ ਰਹੀ, 5 ਹੀਮੋਗਲੋਬਿਨ ਹੋ ਗਿਆ, ਜੇ ਨਹੀਂ ਬੰਦ ਕਰਾਂਗੇ ਹੀਮੋਗਲੋਬਿਨ ਹੋਰ ਘੱਟ ਜਾਏਗਾ, ਉਹਨਾਂ ਨੂੰ ਸਾਨੂੰ ਕਈ ਵਾਰ ਹਾਰਮੋਨਸ ਦੇਣੀਆਂ ਪੈਂਦੀਆਂ। ਐਂਡ ਦਿਸ ਇਜ਼ ਵਨ ਰੀਜ਼ਨ ਕਿ ਜਿਹੜੀਆਂ ਮਦਰ ਸਾਡੇ ਕੋਲ ਆਮ ਤੋਂ ਥੋੜ੍ਹੀਆਂ ਕਤਰਾਉਂਦੀਆਂ ਨੇ, ਬਿਕੋਜ਼ ਉਹਨਾਂ ਨੂੰ ਲੱਗਦਾ ਕਿ ਛੋਟੀ ਅਨਮੈਰਿਡ ਕੁੜੀ ਨੂੰ ਹਾਰਮੋਨਸ ਦੇ ਦਿੱਤੀਆਂ, ਕੱਲ੍ਹ ਨੂੰ ਵਿਆਹ ਹੋਏਗਾ, ਸਾਨੂੰ ਔਖਾ ਹੋ ਜਾਏਗਾ। ਸੋ ਇਸ ਕਰਕੇ ਬੇਚਾਰੀਆਂ ਕੁੜੀਆਂ ਨਿਗਲੈਕਟ ਹੋ ਜਾਂਦੀਆਂ। ਡਾਕਟਰ ਸਾਹਿਬ, ਇਹਦੀ ਕੋਈ ਖਾਸ ਦਵਾਈਆਂ ਵੀ ਤੁਸੀਂ ਰਿਕਮੈਂਡ ਕਰਦੇ ਹੋ ਲੜਕੀਆਂ ਨੂੰ? ਇਹਦੇ ਵਾਸਤੇ ਜਿਵੇਂ ਤੁਹਾਨੂੰ ਮੈਂ ਦੱਸਿਆ, ਇੱਕ ਤਾਂ ਪਹਿਲੇ ਆਇਰਨ ਔਰ ਮਲਟੀਵਿਟਾਮਿਨਸ ਦਿੰਦੇ ਹਾਂ, ਔਰ ਕੈਲਸ਼ੀਅਮ ਦੀਆਂ ਟੈਬਲੇਟਸ ਵੀ ਦਿੰਦੇ ਹਾਂ। ਕੁਝ ਸਾਡੀਆਂ ਬਲੀਡਿੰਗ ਘੱਟ ਕਰਨ ਵਾਲੀਆਂ ਨੋਰਮਲ ਦਵਾਈਆਂ ਹੁੰਦੀਆਂ, ਉਸ ਤੋਂ ਬਾਅਦ ਵੀ ਨਾ ਰੁਕੇ ਤਾਂ ਸਾਨੂੰ ਫਿਰ ਹਾਰਮੋਨਸ ਦੇਣੀਆਂ ਪੈਂਦੀਆਂ ਨੇ। ਓਕੇ, ਆਮ ਤੌਰ 'ਤੇ ਲੜਕੀਆਂ ਨੂੰ ਇਹ ਵੀ ਹਿਚਕਚਾਉਣਾ ਨਹੀਂ ਚਾਹੀਦਾ, ਆਪਣੇ ਪੇਰੈਂਟਸ ਨੂੰ ਦੱਸਣਾ ਚਾਹੀਦਾ ਅਤੇ ਡਾਕਟਰ ਨੂੰ ਲਾ ਕੇ ਕੰਸਲਟ ਕਰਨਾ ਚਾਹੀਦਾ। ਨਾਲੇ ਪੇਰੈਂਟਸ ਨੂੰ ਵੀ ਇਹ ਸਮਝ ਹੋਣੀ ਚਾਹੀਦੀ ਹੈ ਵੀ ਥੋੜ੍ਹਾ ਹੁਣ ਟਾਈਮ ਬਦਲ ਗਿਆ, ਇਹ ਨਹੀਂ ਕਿ ਤੁਸੀਂ ਕੁੜੀ ਦਾ ਹੀਮੋਗਲੋਬਿਨ 5 ਕਰਕੇ ਜੀ ਉਹਨੂੰ ਲੈ ਕੇ ਆਓ। ਤੁਸੀਂ ਹੈਰਾਨ ਹੋਵੋਗੇ, ਮੇਰੇ ਕੋਲ ਹਾਲੇ ਵੀ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਨਾਲ ਆਪਣੇ ਬੱਚੀ ਨੂੰ ਲੈ ਕੇ ਆਉਣਗੇ, ਐਂਡ ਐਟ ਟਾਈਮਸ ਬਾਹਰ ਪਰਚੀ ਆਪਣੇ ਨਾਂ ਦੀ ਕਟਾਈ ਹੁੰਦੀ ਹੈ, ਬੱਚੇ ਦੇ ਨਾਮ ਦੀ ਨਹੀਂ ਕਟਾਈ ਹੁੰਦੀ, ਬਿਕੋਜ਼ ਉਹ ਇੱਕ ਮੈਂਟਲ ਇੱਕ ਸਟਿਗਮਾ ਜਿਹਾ ਕਾਊਂਟ ਕਰਦੇ ਨੇ ਇਸ ਚੀਜ਼ ਨੂੰ ਕਿ ਅਸੀਂ ਅਨਮੈਰਿਡ ਕੁੜੀ ਨੂੰ ਇੱਕ ਗਾਇਨੇਕੋਲੋਜਿਸਟ ਕੋਲ ਲੈ ਗਏ, ਅਤੇ ਉਹ ਬਾਹਰ ਇਹੀ ਉਹ ਕਹਿਣਗੇ ਕਿ ਡਾਕਟਰ ਸਾਹਿਬ ਦਿਖਾਉਣਾ ਤਾਂ ਮੇਰੇ ਲੜਕੀ ਕੋ ਹੈ, ਲੇਕਿਨ ਪਰਚੀ ਮੈਨੇ ਆਪਣੇ ਨਾਮ ਦੀ ਕਟਾਈ। ਹਾਲੇ ਤੱਕ ਵੀ ਇਸ ਚੀਜ਼ ਨੂੰ ਅੱਛਾ ਨਹੀਂ ਮੰਨਿਆ ਜਾਂਦਾ। ਸੋ ਆਈ ਥਿੰਕ ਹੁਣ ਹਾਈ ਟਾਈਮ ਹੋ ਗਿਆ, ਮੋਸਟਲੀ ਮਦਰਸ ਅੱਜ ਕੱਲ੍ਹ ਐਜੂਕੇਟਡ ਨੇ, ਦੇ ਸ਼ੁੱਡ ਅੰਡਰਸਟੈਂਡ ਕਿ ਬਈ ਇਹ ਪ੍ਰੋਬਲਮਸ ਹੈ, ਇਹਨਾਂ ਵਾਸਤੇ ਲੜਕੀ ਨੂੰ ਹੈਲਪ ਦੀ ਜ਼ਰੂਰਤ ਹੈਗੀ ਹੈ, ਅਤੇ ਉਹਦਾ ਹੀਮੋਗਲੋਬਿਨ ਇੰਨਾ ਨਹੀਂ ਘਟਣਾ ਚਾਹੀਦਾ। ਡਾਕਟਰ ਸਾਹਿਬ, ਥੈਂਕ ਯੂ ਵੈਰੀ ਮੱਚ, ਤੁਸੀਂ ਸਾਨੂੰ ਇੰਨੀ ਜਾਣਕਾਰੀ ਦਿੱਤੀ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ।